ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਜਿਹੜਾ ਧਰਨਾ ਡੀ ਐਸ ਪੀ ਦਫ਼ਤਰ ਦੇ ਬਾਹਰ ਲਗਾਇਆ ਗਿਆ, ਉਹਦੇ ਵਿੱਚ ਬੜਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ, ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਸੋ ਉਹਦੇ ਕਰਕੇ ਸਾਨੂੰ ਅੱਜ ਦੁਬਾਰਾ ਇਹ ਪ੍ਰੈਸ ਕਾਨਫਰੰਸ ਕਰਨੀ ਪਈ ਹੈ, ਕਿਉਂਕਿ ਇਹ ਕੋਈ ਨਾ ਤਾਂ ਸਿਆਸੀ ਮਸਲਾ ਹੈ ਅਤੇ ਨਾ ਹੀ ਇਹ ਕੋਈ ਕਿਸਾਨੀ ਮਸਲਾ ਹੈ। ਇਹ ਸਿਰਫ ਇਹਨਾਂ ਦਾ ਨਿੱਜੀ ਮਸਲਾ ਹੈ ਅਤੇ ਗੁਰੂ ਘਰ ਨੂੰ ਵਿੱਚ ਇਨਵੋਲਵ ਕਰਕੇ ਅਤੇ ਇਹਦਾ ਕੋਈ ਬੈਨੀਫਿਟ ਲੈਣਾ ਚਾਹੁੰਦੇ ਆ, ਜਿਹੜਾ ਕਿ ਬਹੁਤ ਹੀ ਗਲਤ ਹੈ। ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ, ਪੂਰੀ ਸਮੁੱਚੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਮਸਲਾ ਅਣਅਧਿਕਾਰਤ ਮੈਰਿਜ ਸਰਟੀਫਿਕੇਟ ਅਤੇ ਜਾਲੀ ਰਸੀਦਾਂ, ਗੁਰੂ ਘਰ ਦਾ ਜਿਹੜੀ ਪਹਿਲੀ ਰਸੀਦ ਬੁੱਕ ਸੀ ਉਹਦਾ ਨੰਬਰ ਲਾ ਕੇ ਅਤੇ ਜਾਲੀ ਰਸੀਦਾਂ ਕੱਟੀਆਂ ਗਈਆਂ, ਉਹਦੇ ਕਰਕੇ ਇਹਨਾਂ ਦੇ ਖਿਲਾਫ਼ ਇੱਕ ਪਰਚਾ 420 ਦਾ ਅਤੇ ਹੋਰ ਧਾਰਾ ਦੇ ਅੰਡਰ ਹੋਇਆ ਸੀ, ਜਿਹਦੇ ਵਿੱਚੋਂ ਇਹਨਾਂ ਨੂੰ ਪਹਿਲੇ ਵੀ ਦੱਸਿਆ ਗਿਆ ਕਿ ਇਹ ਹਰ ਜਗ੍ਹਾ ਗਏ ਨੇ, ਆਈ ਜੀ ਸਾਹਿਬ ਤੱਕ ਇਹਨਾਂ ਨੇ ਇਨਕੁਆਇਰੀ ਪਾਈ ਹੈ, ਉਹ ਵੀ ਇਹਨਾਂ ਦੇ ਖਿਲਾਫ਼ ਗਈ। ਫਿਰ ਇਹ ਐਸ ਡੀ ਐਮ ਕੋਰਟ 'ਚੋਂ ਵੀ ਹਾਰ ਗਏ, ਫਿਰ ਇਹ ਸਿਵਲ ਕੋਰਟ 'ਚੋਂ ਵੀ ਹਾਰ ਗਏ ਅਤੇ 9/1/24 ਨੂੰ ਹਾਈ ਕੋਰਟ ਨੇ ਵੀ ਇਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਤੇ ਮੈਨੂੰ ਇਹ ਗੱਲ ਦੀ ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਹੁਣ ਹੋਰ ਕੀ ਚਾਹੁੰਦੇ ਹੈਗੇ ਨੇ, ਸੁਪਰੀਮ ਕੋਰਟ ਚਲੇ ਜਾਣ ਜੇ ਇਹਨਾਂ ਨੂੰ ਬਹੁਤਾ ਹੈਗਾ। ਅਤੇ ਇਸ ਤਰ੍ਹਾਂ ਧਰਨੇ ਲਾ ਕੇ ਕੋਈ ਗੱਲ ਨਹੀਂ ਬਣਨੀ, ਕਿਉਂਕਿ ਅਸੀਂ ਦੇਖੋ ਪੂਰਾ ਸਾਡਾ ਵੀ ਦਬਾਅ ਹੈ ਇਸ ਗੱਲ 'ਤੇ, ਪ੍ਰਸ਼ਾਸਨ ਨੂੰ ਅਸੀਂ ਵਾਰ ਵਾਰ ਵਾਰਨਿੰਗ ਕਰ ਰਹੇ ਹਾਂ ਕਿ ਇਹਨਾਂ ਬਾਕੀ ਬੰਦਿਆਂ ਨੂੰ ਅਰੈਸਟ ਕਰੋ, ਜਿਨ੍ਹਾਂ ਨੂੰ ਆਈ ਜੀ ਸਾਹਿਬ ਨੇ ਗਿਲਟੀ ਕਰਾਰ ਦਿੱਤਾ ਉਹ ਬੰਦੇ ਵੀ ਅਰੈਸਟ ਹੋਣੇ ਚਾਹੀਦੇ ਨੇ, ਤਾਂ ਕਿ ਇਹ ਸ਼ਹਿਰ ਦਾ ਮਾਹੌਲ ਖਰਾਬ ਜਿਹੜਾ ਕਰ ਰਹੇ ਨੇ, ਗੁਰੂ ਘਰ ਦਾ ਮਾਹੌਲ ਖਰਾਬ ਕਰ ਰਹੇ ਨੇ, ਉਹਨੂੰ ਰੋਕਿਆ ਜਾ ਸਕੇ। ਸੋ ਉਹਦੇ ਸੰਬੰਧ 'ਚ ਅਸੀਂ ਇੱਕ ਤਾਂ ਮੈਂ ਹੋਰ ਕਲੀਅਰ ਕਰਨਾ ਚਾਹੁੰਦਾ ਕਿ ਬੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਬੀਬੀ ਸਤਿੰਦਰ ਕੌਰ ਜੀ ਜੋ ਕਾਲੜਾ, ਉਹਨਾਂ ਦੀ ਉਮਰ 80 ਸਾਲ ਹੈ। ਉਹਨਾਂ ਦੀ ਉਮਰ 80 ਸਾਲ ਨਹੀਂ, ਉਹ 60 ਤੋਂ 65 ਸਾਲ ਦੇ ਕਰੀਬ ਉਮਰ ਹੈ, ਜਿਹਦਾ ਸਾਡੇ ਕੋਲ ਪਰੂਫ ਵੀ ਹੈਗੇ ਨੇ, ਉਹ ਅਸੀਂ ਦੇ ਵੀ ਸਕਦੇ ਹੈਗੇ ਹਾਂ। ਅਤੇ ਲੋਕਾਂ ਨੂੰ ਸਿਰਫ ਇਹ ਗੱਲ ਦਾ ਸਿਮਤੀ ਲੈਣ ਲਈ ਪ੍ਰਚਾਰ ਕੀਤਾ ਜਾ ਰਿਹਾ ਕਿ ਦੇਖੋ ਜੀ ਇੰਨੀ ਵੱਡੀ ਉਮਰ ਹੈ ਅਤੇ ਉਹਨੂੰ ਜੇਲ੍ਹ 'ਚ ਇਹਨਾਂ ਨੇ ਕਰਾਇਆ। ਅਸੀਂ ਕਿਸੇ ਨੂੰ ਜੇਲ੍ਹ 'ਚ ਨਹੀਂ ਕਰਾਇਆ, ਆਪਣੇ ਕਰਤੂਤੀ ਆਪਣੇ ਕੰਮਾਂ ਕਾਰਾਂ ਕਰਕੇ ਹੋਇਆ। ਇਹਦੇ 'ਚ ਏਜ ਦਾ ਕੋਈ ਮਤਲਬ ਨਹੀਂ ਹੁੰਦਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਦੀ ਏਜ ਜ਼ਿਆਦਾ ਅਤੇ ਉਹ ਕੋਈ ਕ੍ਰਾਈਮ ਕਰੇ ਤਾਂ ਉਹਨੂੰ ਮਾਫ਼ ਕੀਤਾ ਜਾਂਦਾ, ਬਿਲਕੁਲ ਨਹੀਂ ਹੈ। ਇਹ ਸਰਕਾਰ ਨੇ ਜਾਂ ਕੋਰਟਾਂ ਨੇ ਦੇਖਣਾ ਹੁੰਦਾ, ਅਸੀਂ ਇਹਦੇ 'ਚ ਕੁਛ ਨਹੀਂ ਕਰ ਸਕਦੇ। ਦੂਜੀ ਗੱਲ ਹੈ ਕਿ ਧਾਰਮਿਕ ਮਸਲੇ ਨੂੰ ਸਿਆਸੀ, ਮੈਂ ਪਹਿਲੇ ਵੀ ਦੱਸਿਆ ਵੀ ਬਣਾਇਆ ਜਾ ਰਿਹਾ, ਜਿਹੜਾ ਕਿ ਬਹੁਤ ਹੀ ਗਲਤ ਹੈ, ਇਹਨੂੰ ਸਿਆਸੀ ਨਹੀਂ ਬਣਾਉਣਾ ਚਾਹੀਦਾ। ਇਹ ਲੋਕ ਜੋ ਕਰ ਰਹੇ ਨੇ ਅੱਜ, ਅਖੌਤੀ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਕਦੀ ਕੁਛ ਕਰਦੇ ਨੇ, ਕਦੀ ਕੁਛ ਕਰਦੇ ਆ, ਜਿਹੜਾ ਕਿ ਸਰਾਸਰ ਗਲਤ ਹੈ। ਉਹ ਵੀ ਇਹਨਾਂ ਨੂੰ ਚਾਹੀਦਾ ਹੈਗਾ ਕਿ ਆਪ ਹੀ ਸੋਚਣ ਕਿ ਉਹ ਗਲਤ ਕੰਮ ਕਰ ਰਹੇ ਹੈਗੇ ਨੇ। ਸੋ ਜਿਹੜੀ ਮੇਨ ਗੱਲ ਮੈਂ ਦੱਸਣੀ ਚਾਹੁੰਦਾ ਕਿ ਜੇ ਇਹ 18 ਤਰੀਕ ਤੱਕ ਇੱਥੋਂ ਨਾ ਉੱਠੇ ਜਾਂ ਇਹਨਾਂ ਨੇ ਝੂਠਾ ਪ੍ਰਚਾਰ ਨਾ ਬੰਦ ਕੀਤਾ, ਤੇ 18 ਤਰੀਕ ਨੂੰ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ, ਸਾਰੀਆਂ ਸਿੱਖ ਜਥੇਬੰਦੀਆਂ ਅਤੇ ਹੋਰ ਸਮੁੱਚੀ ਸੰਗਤ ਨੂੰ ਨਾਲ ਲੈ ਕੇ ਇੱਥੇ ਅਸੀਂ ਟਰੱਕ ਯੂਨੀਅਨ ਦੇ ਕੋਲ ਕਿਸੇ ਜਗ੍ਹਾ 'ਤੇ ਬੜੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਾਂਗੇ, ਔਰ ਉਹ ਪ੍ਰਦਰਸ਼ਨ ਸਾਡਾ ਜਿਹੜਾ ਹੋਏਗਾ ਉਹ ਇੱਥੇ ਜਿਹੜਾ ਪੁਤਲੇ ਫੂਕ ਪ੍ਰਦਰਸ਼ਨ ਹੋਏਗਾ। ਸੋ ਮੇਰੀ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਸ ਮਸਲੇ ਨੂੰ 18 ਤੋਂ ਪਹਿਲਾਂ ਹੱਲ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ,
ਨਹੀਂ ਤੇ ਫਿਰ ਸਾਡਾ ਜਿਹੜਾ ਪ੍ਰਦਰਸ਼ਨ ਹੋਏਗਾ ਉਹ ਬਹੁਤ ਵੱਡਾ ਹੋਣ ਕਰਕੇ ਇਹਨਾਂ ਕੋਲ ਸੰਭਾਲਿਆ ਨਹੀਂ ਜਾਣਾ। ਸੋ ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀ ਬਣੀ ਰਹੇ ਔਰ ਸ਼ਾਂਤੀ ਪੂਰਵਕ ਇਹ ਮਸਲਾ ਹੱਲ ਹੋ ਜਾਵੇ, ਜੋ ਵੀ ਅਦਾਲਤ ਦੇ ਆਦੇਸ਼ ਨੇ ਉਹਨੂੰ ਮੰਨਿਆ ਜਾਵੇ। ਸੋ ਮੈਂ ਇਹਨਾਂ ਸ਼ਬਦਾਂ ਨਾਲ ਸਾਰਿਆਂ ਪ੍ਰਬੰਧਕਾਂ ਦਾ, ਕਿਉਂਕਿ ਪ੍ਰਬੰਧ ਬੜੇ ਸਮੁੱਚੇ ਢੰਗ ਨਾਲ ਚੱਲ ਰਿਹਾ, ਬੜੇ ਵਧੀਆ ਢੰਗ ਨਾਲ ਚੱਲ ਰਿਹਾ, ਕੋਈ ਕਿਸੇ ਕਿਸਮ ਦੀ ਪ੍ਰਬੰਧ ਦੇ ਵਿੱਚ ਕਮੀ ਨਹੀਂ ਹੈ। ਹਰ ਤਰ੍ਹਾਂ ਦੇ ਜਿਹੜੇ ਡਿਸਿਪਲਿਨ ਹੈ, ਜੋ ਵੀ ਧਾਰਮਿਕ, ਜੋ ਅਕਾਲ ਤਖ਼ਤ ਸਾਹਿਬ ਦੇ ਮਰਿਆਦਾ ਦੇ ਅਨੁਸਾਰ ਪ੍ਰਬੰਧ ਚੱਲ ਰਿਹਾ। ਸੋ ਇਹ ਪ੍ਰਬੰਧ ਨੂੰ ਵੀ ਪ੍ਰਚਾਰ ਕਰ ਰਿਹਾ ਕਿ ਪ੍ਰਬੰਧ ਨਹੀਂ ਚਾਹੀ ਸਹੀ ਚੱਲ ਰਿਹਾ। ਸੋ ਮੈਂ ਚਾਹਾਂਗਾ ਕਿ ਜਿਹੜਾ ਮਰਜ਼ੀ ਆ ਕੇ ਦੇਖ ਸਕਦਾ ਕਿ ਪ੍ਰਬੰਧ ਕਿੰਨਾ ਵਧੀਆ ਚੱਲ ਰਿਹਾ, ਦੇਖਿਆ ਜਾਵੇ। ਸੋ ਇਹਨਾਂ ਨੂੰ ਲਾਹਨਤਾਂ ਪਾਈਆਂ ਜਾਣ ਤਾਂ ਕਿ ਇਹ ਇਹੋ ਜਿਹਾ ਕੋਈ ਕੰਮ ਨਾ ਕਰਨ ਜਿਹਦੇ ਨਾਲ ਗੁਰੂ ਘਰ ਦੀ ਬਦਨਾਮੀ ਹੁੰਦੀ ਜਾਵੇ, ਹੋ ਰਹੀ ਹੈ। ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ 18 ਤੋਂ ਪਹਿਲੇ ਪਹਿਲੇ ਮਸਲਾ ਹੱਲ ਕਰਕੇ ਇਹਨਾਂ ਨੂੰ ਇੱਥੋਂ ਉਠਾਓ, ਇਹ ਅਰੈਸਟ ਕਰੋ ਬਾਕੀ ਦੇ ਬੰਦੇ, ਨਹੀਂ ਤੇ ਫਿਰ ਅਸੀਂ ਬਰਾਬਰ ਇਸ ਤੋਂ ਵੱਡਾ ਪ੍ਰਦਰਸ਼ਨ ਕਰਾਂਗੇ। ਵਾਹਿਗੁਰੂ।